ਕਿ ਫੋਰੈਸਟ ਡਿਪਾਰਟਮੈਂਟ ਨੂੰ ਅਸੀਂ ਆਪਣੀ ਪਹਿਲੀ ਵਾਰੀ ਦੇ ਵਿੱਚ ਜਿਹੜੀ ਕੰਸਾਈਨਮੈਂਟ ਹੈ ਉਹ ਦਿੱਤੀ ਹੈਗੀ ਆ, ਅਤੇ ਉਹ ਹੁਣ ਇਹ ਸਾਰੇ ਬੂਟਿਆਂ ਦੇ ਵਿੱਚ ਯੂਜ਼ ਕਰਨਗੇ ਅਤੇ ਹੋਰ ਖੇਤਾਂ ਦੇ ਵਿੱਚ ਵੀ ਇਹਨੂੰ ਪ੍ਰਮੋਟ ਕਰਨਗੇ, ਅਤੇ ਮੈਂ ਸਾਰਿਆਂ ਨੂੰ ਹੀ ਅਪੀਲ ਕਰਦੀ ਹਾਂ ਕਿ ਇਸੇ ਤਰ੍ਹਾਂ ਸਾਡਾ ਸਹਿਯੋਗ ਦਿੰਦੇ ਰਹੋ ਤਾਂ ਕਿ ਆਪਾਂ ਬਲੋਕ ਦੌਰਾਹਾ ਨੂੰ ਬਹੁਤ ਹੀ ਛੇਤੀ ਇੱਕ ਸਵੱਛ ਬਲੋਕ ਦੇ ਤੌਰ 'ਤੇ ਜੋ ਹੈ ਇੱਕ ਪੂਰੇ ਦੇਸ਼ ਦੇ ਵਿੱਚ ਪਹਿਲਾ ਬਲੋਕ ਇਹਨੂੰ ਮੋਰੀ ਬਲੋਕ ਬਣਾਈਏ। ਧੰਨਵਾਦ। ਅੱਜ ਸਾਡੇ ਲਈ ਬਹੁਤ ਖੁਸ਼ੀ ਦਾ ਦਿਨ ਹੈ ਕਿ ਅਸੀਂ ਆਪਣੇ ਪਿੰਡਾਂ ਨੂੰ ਸਾਫ਼ ਸੁਥਰਾ ਰੱਖਣ ਲਈ ਅਤੇ ਪੰਚਾਇਤ ਦੀ ਆਮਦਨੀ ਵਿੱਚ ਵਾਧਾ ਕਰਨ ਦੇ ਲਈ ਕੂੜਾ ਕਰਕਟ ਤੋਂ ਜਿਹੜੀ ਖਾਦ ਤਿਆਰ ਕਰਨ ਦੇ ਲਈ ਅਸੀਂ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਲਗਾਏ ਸੀ, ਉਹਨਾਂ ਤੋਂ ਅੱਜ ਜਿਹੜੀ ਖਾਦ ਆ ਉਹ ਤਿਆਰ ਹੋ ਚੁੱਕੀ ਆ ਅਤੇ ਅਸੀਂ ਅੱਜ ਉਸ ਤਿਆਰ ਖਾਦ ਦੀ ਜਿਹੜੀ ਹੈਗੀ ਹੈ ਪਹਿਲੀ ਖੇਪ ਉਹ ਵਣ ਵਿਭਾਗ ਨੂੰ ਦੇਣ ਜਾ ਰਹੇ ਹਾਂ। ਇਹਦੇ ਨਾਲ ਜਿੱਥੇ ਸਾਡੇ ਪਿੰਡ ਦੇ ਜਿਹੜੇ ਉਹ ਸਾਫ਼ ਸੁਥਰੇ ਰਹਿਣਗੇ ਅਤੇ ਉੱਥੇ ਸਾਡੀ ਆਮਦਨੀ ਵਿੱਚ ਵੀ ਵਾਧਾ ਹੋਏਗਾ।